ਸਾਡੇ ਪਿੱਛੇ ਖੜੇ ਨੇ ਨੌਜਵਾਨ ਜੋ ਕਿ ਪਿਛਲੇ 34 ਦਿਨਾਂ ਤੋਂ ਧਰਨੇ ਦੇ ਉੱਤੇ ਕਹਿੰਦਾ ਵਾ ਲਗਾਤਾਰ ਟੂਲ ਪਲਾਜ਼ਾ ਸੋਲਖੀਆਂ ਦੇ ਉੱਤੇ ਇਹ ਆਉਂਦੇ ਜਾਂਦਿਆਂ ਨੂੰ ਇਹ ਤਸਵੀਰਾਂ ਦਿਖਾ ਰਹੇ ਨੇ ਅਤੇ ਦੱਸ ਰਹੇ ਨੇ ਵੀ ਜਿਹੜੇ ਕਾਨੂੰਨ ਆ ਬਿਲਕੁਲ ਗਲਤ ਬਣਾਏ ਗਏ ਨੇ। ਆਪਾਂ ਗੱਲ ਕਰਦੇ ਹਾਂ ਛੋਟੇ ਵੀਰ ਨਾਲ ਵੀ ਇਹ ਕਿਹੜੇ ਪਿੰਡ ਤੋਂ ਅਤੇ ਕੀ ਨਾਂ ਇਹਨਾਂ ਦਾ। ਹਾਂਜੀ ਵੀਰ ਜੀ, ਕੀ ਨਾਂ ਹੈ ਤੁਹਾਡਾ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ ਗੁਰਿੰਦਰ ਸਿੰਘ ਜੀ, ਪਿੰਡ ਸਲੌਰੇ ਤੋਂ। ਅਤੇ ਆਪਾਂ ਲਗਭਗ ਅੱਜ 34 ਦਿਨ ਹੋ ਗਏ ਨੇ ਆਪਾਂ ਨੂੰ ਇਸ ਧਰਨੇ ਵਿੱਚ ਸ਼ਮੂਲੀਅਤ ਦਿੰਦੇ ਨੂੰ। ਅਤੇ ਮੇਰੇ ਇਸ ਸਾਰਾ ਕੁਝ ਕਰਨੇ ਦਾ ਇੱਕੋ ਮੋਟਿਵ ਆ ਵੀ ਆਪਾਂ ਵੱਧ ਤੋਂ ਵੱਧ ਜਿਹੜੇ ਲੋਕਾਂ ਨੂੰ ਮੋਟੀਵੇਟ ਕਰ ਸਕੀਏ, ਕਿਉਂਕਿ ਉਹ ਵੱਧ ਤੋਂ ਵੱਧ ਸਾਡੇ ਨਾਲ ਜਿਹੜਾ ਧੱਕਾ ਕਰ ਰਹੀ ਸਰਕਾਰ ਉਹਨਾਂ ਪਰ ਉਹਨਾਂ ਨੂੰ ਪਤਾ ਲੱਗੇ। ਸਾਨੂੰ ਕਈ ਲੋਕ ਕਹਿੰਦੇ ਨੇ ਵੀ ਤੁਸੀਂ ਇਹ ਬੋਰਡ ਥੱਲੇ ਕਰੋ। ਮੈਨੂੰ ਨਹੀਂ ਜੀ ਪਤਾ, ਸ਼ਾਇਦ ਉਹ ਮੋਦੀ ਦੇ RSS ਕਿਸੇ ਵੀ ਤਰ੍ਹਾਂ ਦੇ ਲੋਕ ਹੋ ਸਕਦੇ ਨੇ, ਪਰ ਜਿਹੜਾ ਸਾਡਾ ਹੌਸਲਾ ਹੈ ਜੀ ਉਹ ਅਸੀਂ ਕਦੇ ਟੁੱਟਣਾ ਨਹੀਂ ਚਾਹੀਦਾ। ਅਸੀਂ ਰਾਤ ਨੂੰ 10-10 11-11 ਵਜੇ ਤੱਕ ਵੀ ਖੜੀ ਦਾ ਉੱਤੇ, ਸਵੇਰੇ ਚਲੇ ਜਾਈਦਾ 10-10 12-12 ਘੰਟੇ ਲਗਾਤਾਰ ਖੜੀ ਦਾ ਜੀ, ਕਿਉਂਕਿ ਸਾਨੂੰ ਇਹ ਗੱਲ ਨਹੀਂ ਮੈਟਰ ਕਰਦੀ ਵੀ ਸਾਰੇ ਲੋਕ ਸਾਨੂੰ ਦੇਖਣ, ਗੱਲ ਇਹ ਮੈਟਰ ਕਰਦੀ ਹੈ ਵੀ ਜੇ ਇੱਕ ਵੀ ਲੋਕ ਸਾਡੇ ਬੋਰਡ ਦੇਖਣ ਨਾਲ ਮੋਟੀਵੇਟ ਹੁੰਦਾ ਆ, ਸਰਕਾਰ ਨੂੰ ਹਾਂ ਮਾਰਦਾ ਵੀ ਹਾਂ ਤੁਸੀਂ ਕਿਸਾਨਾਂ ਨਾਲ ਧੱਕਾ ਕਰ ਰਹੇ ਹੋ, ਉਹ ਸਾਡੇ ਲਈ ਬਹੁਤ ਵੱਡੀ ਗੱਲ ਹੈ। ਅਤੇ ਜੋ ਕਿ ਆਪਾਂ ਸੁਣਨ ਚਾਹੀਆਂ ਗੱਲਾਂ ਵੀ ਜੋ ਕਿਸਾਨੀ ਧਰਨੇ ਉਹਨਾਂ ਨੂੰ ਫੰਡਿੰਗ ਚਾਈਨਾ ਕਰਦਾ ਜਾਏ ਖਾਲਿਸਤਾਨੀ ਨੇ, ਇਹ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਜਿਹੜੀ ਇਹ ਫੰਡਿੰਗ ਆ ਉਹ ਕੀਤੀ ਸੀਗੀ ਜੀ ਬਾਬੇ ਨਾਨਕ ਨੇ 20 ਰੁਪਏ ਦੀ, ਜੋ ਅੱਜ ਤੱਕ ਮੁੱਕਦੀ ਨਹੀਂ। ਇਹ ਗੱਲਾਂ ਜੋ ਵੀ ਹੈ ਸਾਰੀਆਂ ਬਸ ਇੱਕ ਧਰਨੇ ਨੂੰ ਅਲੱਗ ਪਾਸੇ ਮੋੜ ਦੇਣ ਲਈ ਨੇ। ਅਤੇ ਮੈਂ ਹਰੇਕ ਨੌਜਵਾਨ ਵੀਰੇ ਨੂੰ ਬੇਨਤੀ ਕਰਦਾ, ਜੇ ਕਿਸੇ ਵੀ ਕਿਸਾਨ ਵੀਰ ਦੇ ਘਰਾਂ ਕਿਸੇ ਵੀ ਤਰ੍ਹਾਂ ਦੀ ਲੋੜ ਹੈ, ਜੇ ਉਹ ਧਰਨੇ 'ਤੇ ਗਏ ਨੇ ਉਹਨਾਂ ਦੇ ਘਰ ਜਿਹੜੀ ਵੀ ਲੋੜ ਆ ਤੁਸੀਂ ਪੂਰੀ ਕਰਨੀ ਹੈ। ਅਤੇ ਜੇ ਕਿਸੇ ਵੀ ਵੀਰ ਮੈਨੂੰ ਟੋਲ 'ਤੇ ਵੀ ਮਿਲਦਾ, ਜੇ ਤੁਹਾਨੂੰ ਵੀਰੇ ਕਿਸੇ ਵੀ ਤਰ੍ਹਾਂ ਦੀ ਪਰੇਸ਼ਾਨੀ ਆ ਰਹੀ ਹੋ, ਤੁਸੀਂ ਜ਼ਰੂਰ ਆਪਾਂ ਕਰ ਸਕਦੇ ਹਾਂ ਇੱਕ ਦੂਜੇ ਨਾਲ ਡਿਸਕਸ, ਕਿਉਂਕਿ ਆਪਾਂ ਨੂੰ ਸਿਸਟਮ ਦੇ ਵਿੱਚ ਵੜ ਕੇ ਸਿਸਟਮ ਨੂੰ ਸੋਧ ਦੇਣੀ ਪੈਣੀ ਹੈ। ਅਤੇ ਆਪਾਂ ਨੂੰ ਜੇਕਰ ਉਰੀ ਜੋਬ ਵਧੀਆ ਮਿਲ ਸਕਦੀ, ਬੇਰੁਜ਼ਗਾਰੀ ਘੱਟਦੀ, ਆਪਾਂ ਨੂੰ ਉਰੀ ਜੋਬ ਮਿਲ ਸਕਦੀ ਵਧੀਆ, ਫਿਰ ਆਪਾਂ ਬਾਹਰਲੇ ਦੇਸ਼ਾਂ ਵਿੱਚ ਕਿਉਂ ਜਾਈਏ? ਅਤੇ ਆਪਾਂ ਕਿਉਂ ਇਹਨਾਂ ਦੀ ਇੱਕ ਮੈਂ ਥੋੜ੍ਹੀ ਗੱਲ ਕੱਟਣੀ ਚਾਹੁੰਦਾ ਵੀ ਜਿਹੜੇ ਕਾਨੂੰਨ ਆ ਇਹਨਾਂ ਬਾਰੇ ਤੁਹਾਨੂੰ ਪੂਰਾ ਗਿਆਨ ਹੈ? ਹਾਂਜੀ ਹਾਂਜੀ ਹਾਂਜੀ, ਤੁਹਾਨੂੰ ਪਤਾ ਲੱਗ ਚੁੱਕਿਆ? ਹਾਂਜੀ ਬਿਲਕੁਲ ਬਿਲਕੁਲ, ਪਹਿਲਾ ਹਾਂਜੀ ਪਹਿਲਾ ਕਾਨੂੰਨ ਹੈਗਾ ਜੀ ਉਹ ਕਹਿੰਦਾ ਟ੍ਰੇਡ ਅਤੇ ਕਮਰਸ ਦਾ, ਦੂਜਾ ਹੈਗਾ ਕੰਟਰੈਕਟ ਫਾਰਮਿੰਗ ਦਾ, ਅਤੇ ਤੀਜਾ ਹੈਗਾ ਅਸੈਂਸ਼ੀਅਲ ਕਮੋਡਿਟੀ ਦਾ। ਜਿਹੜਾ ਸਭ ਨੂੰ ਜ਼ਿਆਦਾ ਲੁੱਟਣ ਵਾਲਾ ਕਾਨੂੰਨ ਹੈਗਾ ਜੀ ਉਹ ਹੈਗਾ ਜੀ ਅਸੈਂਸ਼ੀਅਲ ਕਮੋਡਿਟੀ ਦਾ। ਇਹਦੇ ਵਿੱਚ ਕਈ ਇੱਕ ਤਰ੍ਹਾਂ ਦੀ ਜਿੰਨਾ ਕੁ ਮੈਂ ਪੜ੍ਹੇ ਆ ਜੀ, ਉਹਦੇ ਵਿੱਚ ਇਹ ਇੱਕ ਤਰ੍ਹਾਂ ਦੀ ਲਿਸਟ ਹੁੰਦੀ ਹੈ। ਲਿਸਟ ਦੇ ਵਿੱਚ ਸਰਕਾਰ ਕੋਈ ਚੀਜ਼ਾਂ ਪਾਉਂਦੀ ਹੈ ਜਿਨ੍ਹਾਂ ਦਾ ਰੇਟ ਤੈਅ ਕਰ ਸਕਦੀ ਆ, ਉਹਨਾਂ ਨੂੰ ਇੱਕ ਸਮੇਂ ਤੱਕ ਰੱਖਿਆ ਜਾ ਸਕਦਾ, ਅਤੇ ਉਹਨੂੰ ਕੋਈ ਵੀ ਇੱਕ ਬੰਦਾ ਬਹੁਤ ਜ਼ਿਆਦਾ ਦਰ 'ਤੇ ਸਟੋਰ ਨਹੀਂ ਕਰ ਸਕਦਾ। ਉਹਦੇ ਵਿੱਚ ਜਿਹੜੀਆਂ ਮੇਨ ਚੀਜ਼ਾਂ ਹੁੰਦੀਆਂ ਜੀ ਆਲੂ, ਤੇਲ, ਪਿਆਜ਼, ਇਹ ਚੀਜ਼ਾਂ ਉਹਨਾਂ ਨੇ 7-8 ਚੀਜ਼ਾਂ ਉਹਨਾਂ ਵਿੱਚੋਂ ਕੱਢੀਆਂ ਨੇ ਜਿਹੜੀਆਂ ਉਹਨਾਂ ਨੇ ਵਾਪਸ ਨਹੀਂ ਪਾਉਣੀਆਂ। ਹੁਣ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਜੀ, ਕੱਲ੍ਹ ਨੂੰ ਮੈਂ ਜਾਵਾਂ ਇੱਕ ਮੰਡੀ 'ਚੋਂ 100 ਕੁਇੰਟਲ ਆਲੂ ਚੱਕ ਲਿਆਵਾਂ ਅਤੇ ਮੰਡੀ ਦੀ ਪ੍ਰੋਡਕਸ਼ਨ ਰੋਕ ਦੇਵਾਂ, ਮਾਰਕੀਟ 'ਚ ਆਲੂ ਨਾ ਹੋਵੇ, ਮੈਂ ਆਲੂ ਚੱਕਿਆ ਜੀ 20 ਰੁਪਏ ਦੇ ਰੇਟ ਨੂੰ, ਜੇ ਮੈਂ ਕੱਲ੍ਹ ਨੂੰ 100 ਰੁਪਏ ਦੇ ਰੇਟ ਨੂੰ ਚੱਕਾਂ ਉਹ ਮੇਰਾ ਵਿਕੂਗਾ ਜੀ, ਕਿਉਂਕਿ ਨਾ ਮੇਰੇ 'ਤੇ ਕੋਈ ਇੱਦਾਂ ਦੀ ਹੈ ਨਾ ਐਕਸ਼ਨ ਲੈ ਸਕਦੀ ਹੈ, ਕਿਉਂਕਿ ਜੇ ਉਹ ਕਿਸਾਨ ਦੀ ਜੋ ਜਿੰਨੀ ਵੀ ਕਿਸਾਨ 'ਤੇ ਜਿਹੜੇ ਵੀ ਐਕਸ਼ਨ ਲਿੱਤੇ ਗਏ ਉਹਨਾਂ ਦੀ ਜਿਹੜੀ ਰਿਪੋਰਟ ਆ ਉਹ ਸਿਰਫ DC ਤੋਂ ਉੱਪਰ ਨਹੀਂ ਹੈਗੀ, ਤੋ ਇਹਦੇ 'ਤੇ ਕੋਈ ਵੀ ਕਾਰਵਾਈ ਕਿਸਾਨਾਂ 'ਤੇ ਨਹੀਂ ਕੀਤੀ ਜਾ ਸਕਦੀ, ਜਾਂ ਕਿਸੇ ਵੀ ਤਰ੍ਹਾਂ ਦੇ ਮੋਰਚੇ ਨੂੰ ਆਪਾਂ ਫਤਿਹ ਕਰਨਾ ਆਪਾਂ ਨੂੰ ਨਾਲ ਉਹਦੇ ਵਿੱਚ ਵੜਨਾ ਪੈਂਦਾ ਅਤੇ ਸਿਸਟਮ ਦੇ ਨਾਲ ਰਲਣਾ ਪੈਂਦਾ। ਅਤੇ ਮੈਂ ਇਹੀ ਗੱਲਾਂ ਹਰੇਕ ਕਿਤੇ ਕਰਦਾ ਹੁੰਦਾ, ਮੈਨੂੰ ਕਈ ਰਿਪੋਰਟਰ ਸਾਹਿਬਾਨ ਪੁੱਛਦੇ ਨੇ ਵੀ ਕੀ ਤੁਸੀਂ ਕਿਉਂ ਖੜਦੇ ਨੇ, ਤੁਹਾਡੀ ਉਮਰ ਬਹੁਤ ਘੱਟ ਹੈ ਜੀ। ਮੈਂ ਆਈਲੈਟਸ ਕਰਦਾ ਸੀਗਾ, ਮੈਂ 2 ਮਹੀਨੇ ਲਾਏ ਅਤੇ ਆਪਾਂ ਹੁਣ ਮੈਂ ਆਈਲੈਟਸ ਛੱਡ ਕੇ ਮੈਂ ਇੱਥੇ ਆ ਗਿਆ ਸੀ, ਕਿਉਂਕਿ ਮੈਨੂੰ ਇਹ ਗੱਲ ਲੱਗੀ ਵੀ ਹੈ ਨਾ ਸਾਡੇ ਨੌਜਵਾਨ ਵਰਗ ਨੂੰ ਉੱਠਣ ਦੀ ਲੋੜ ਹੈ। ਸਾਡੇ ਇਲਾਕੇ 'ਚੋਂ ਕੋਈ ਆਇਆ ਨਹੀਂ, ਬਟ ਮੈਨੂੰ ਇਹ ਗੱਲ ਵਧੀਆ ਸੀ, 3 ਲੱਗੇ ਸੀ, 3 ਅੱਜ ਵੀ ਖੜ੍ਹੇ ਹਾਂ ਅਤੇ ਜਦ ਤੱਕ ਸਾਡੇ ਸਾਹ ਨਹੀਂ ਨਿਕਲਦੇ ਸੀ ਖੜ੍ਹੇ ਰਹਾਂਗੇ ਅਤੇ ਲੋਕਾਂ ਨੂੰ ਇੱਦਾਂ ਹੀ ਮੋਟੀਵੇਟ ਕਰਦੇ ਰਹਾਂਗੇ। ਇਸੇ ਸਾਡੇ ਨਾਲ ਉਹ ਯੂਥ ਦੇ ਨੌਜਵਾਨ ਵੀਰ ਜਿਨ੍ਹਾਂ ਨੇ ਪਿਛਲੇ 34 ਦਿਨਾਂ ਤੋਂ ਲਗਾਤਾਰ ਇਸ ਬੋਰਡਾਂ ਨੂੰ ਲੈ ਕੇ ਪ੍ਰਚਾਰ ਕੀਤਾ ਹੋਇਆ, ਅਤੇ ਆਪਾਂ ਹੋਰ ਵੀ ਤੁਹਾਨੂੰ ਇੱਦਾਂ ਦੀਆਂ ਵੱਖ ਵੱਖ ਤਸਵੀਰਾਂ ਜਿਹੜੀਆਂ ਅੰਦੋਲਨ ਦੀਆਂ ਦਿਖਾ ਰਹੇ ਹਾਂ, ਕਿਉਂਕਿ ਪੰਜਾਬ ਦੇ ਵਿੱਚ ਅੱਜ ਅਸੀਂ ਪਹੁੰਚ ਚੁੱਕੇ ਹਾਂ ਪੰਜਾਬ ਦੀ ਪਿੰਡ ਕਮਾਲਪੁਰ ਦਾ ਟੂਲ ਪਲਾਜ਼ਾ ਜਿੱਥੇ ਅਸੀਂ ਅੱਜ ਲਾਈਵ ਹੋਏ ਵੇ ਹਾਂ, ਅਤੇ ਅੱਜ ਤੁਹਾਨੂੰ ਹੋਰ ਬਾਅਦ ਪਿੱਛੇ ਜਿਹੜੀਆਂ ਤਸਵੀਰਾਂ ਉਹ ਦਿਖਾ ਰਹੇ ਤੇ ਹੋਰ ਜਿਹੜੇ ਇਸ ਕਿਸਾਨੀ ਅੰਦੋਲਨ ਦੇ ਵਿੱਚ ਆਗੂ ਆਏ ਹੋਏ ਨੇ ਆਪਾਂ ਉਹਨਾਂ ਨਾਲ ਵੀ ਗੱਲ